ਸੂਬੇ ਦੀ ਕਚਹਿਰੀ 26-27 ਦਸੰਬਰ ਨੂੰ ਇਸ ਸਥਾਨ ਦੇ ਉੱਤੇ ਸੂਬੇ ਦੀ ਕਚਹਿਰੀ ਲੱਗਦੀ ਹੈ ਅਤੇ ਛੋਟੇ ਸਾਹਿਬਜ਼ਾਦੇ ਪਹੁੰਚਦੇ ਨੇ ਅਤੇ ਉਹਨਾਂ ਨੇ ਸਿੱਖੀ ਦੀ ਨੀਂਹ ਨੂੰ ਇਸ ਜਗ੍ਹਾ ਦੇ ਉੱਤੇ ਪੱਕੀ ਕੀਤਾ ਸੀ। ਤਾਂ ਆਓ ਦੋਸਤੋ ਦਰਸ਼ਨ ਕਰਾਉਂਦੇ ਹਾਂ ਤੁਹਾਨੂੰ ਇਸ ਅਸਥਾਨ ਦੇ, ਇਸ ਪਾਕ ਪਵਿੱਤਰ ਅਸਥਾਨ ਦੇ, ਕਿਉਂਕਿ ਇਸ ਅਸਥਾਨ ਨੂੰ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ, ਦੂਰੋਂ ਨੇੜਿਓਂ ਸੰਗਤਾਂ ਚੱਲ ਕੇ ਆਉਂਦੀਆਂ ਨੇ ਇਸ ਸਥਾਨ ਦੇ ਦਰਸ਼ਨ ਕਰਨ ਦੇ ਲਈ। ਹਾਲਾਂਕਿ ਅੱਜ ਤੁਹਾਨੂੰ ਜਿਹੜੇ ਦਰਸ਼ਨ ਕਰਾਵਾਂਗੇ ਉਹ ਜ਼ਿਆਦਾ ਭੀੜ ਨਹੀਂ ਹੈ, ਕਿਉਂਕਿ ਇਹ ਜਿਹੜਾ ਵੀਡੀਓ ਸ਼ੂਟ ਹੈ ਅੱਜ ਤੋਂ ਕੁਝ ਦਿਨ ਪਹਿਲਾਂ ਕੀਤਾ ਗਿਆ। ਅਤੇ ਜੇਕਰ ਅਸੀਂ ਅੱਜ ਇਸ ਦਿਨ ਜਾਂ 26 ਨੂੰ ਜਾਂ 27 ਨੂੰ ਜਾਂ 25 ਨੂੰ ਇਸ ਸ਼ੂਟ ਕਰਦੇ ਤਾਂ ਇੱਥੇ ਬਹੁਤ ਜ਼ਿਆਦਾ ਭੀੜ ਹੁੰਦੀ ਹੈ। ਅਤੇ ਜਿਹੜੇ ਸਿੱਖੀ ਨੂੰ ਪਿਆਰ ਕਰਨ ਵਾਲੇ ਨੇ ਜਾਂ ਸਿੱਖ ਨੇ ਜਾਂ ਜਿਨ੍ਹਾਂ ਨੂੰ ਇਸ ਇਤਿਹਾਸ ਬਾਰੇ ਪਤਾ, ਉਹ ਹਰ ਵਰਗ ਦੇ ਲੋਕ ਇੱਥੇ ਪਹੁੰਚਦੇ ਨੇ, ਕਿਉਂਕਿ ਦੋਸਤੋ ਇਹ ਸਥਾਨ ਇਕੱਲੇ ਸਿੱਖਾਂ ਦਾ ਨਹੀਂ, ਸਿੱਖੀ ਨੂੰ ਪਿਆਰ ਕਰਨ ਵਾਲੇ ਅਤੇ ਸਿੱਖ ਇਤਿਹਾਸ ਨੂੰ ਜਾਣਨ ਵਾਲੇ ਹਰ ਉਸ ਸ਼ਖਸ ਦਾ ਹੈ ਜੋ ਇਹਨਾਂ ਦਿਨਾਂ ਦੀ ਮਹੱਤਤਾ ਨੂੰ ਜਾਣਦਾ ਹੈ। ਤਾਂ ਆਓ ਦੋਸਤੋ ਦਰਸ਼ਨ ਕਰਾਉਂਦੇ ਹਾਂ ਤੁਹਾਨੂੰ ਇਸ ਸਥਾਨ ਦੇ ਜਿੱਥੇ ਸੂਬੇ ਦੀ ਕਚਹਿਰੀ ਲੱਗੀ ਸੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਹੜਾ 28 ਦਸੰਬਰ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ, ਨੀਹਾਂ ਦੇ ਵਿੱਚ ਚਿਣ ਦਿੱਤਾ ਗਿਆ ਸੀ। ਅਤੇ ਇਹਦੀ ਬੈਕ ਸਾਈਡ ਹੈ ਜਿਹੜਾ ਗੁਰਦੁਆਰਾ ਸਾਹਿਬ, ਜਿੱਥੇ ਜਿਹੜੀਆਂ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਮ੍ਰਿਤਕ ਦੇਹਾਂ ਸੀ, ਉਹਨਾਂ ਦੇਹਾਂ ਦਾ, ਉਹਨਾਂ ਪਵਿੱਤਰ ਦੇਹਾਂ ਦਾ ਇੱਕ ਸ਼ੇਰ ਨੇ ਜਿਹੜਾ ਰਾਖੀ ਰੱਖੀ ਸੀ ਦੇਹਾਂ ਦੀ, ਕਿਉਂਕਿ ਬੈਕ ਸਾਈਡ 'ਤੇ ਜੰਗਲ ਪੈਂਦਾ ਸੀ, ਜੰਗਲ ਦੇ ਵਿੱਚੋਂ ਕੋਈ ਖੂੰਖਾਰ ਜਾਨਵਰ ਆ ਕੇ ਉਹਨਾਂ ਪਵਿੱਤਰ ਦੇਹਾਂ ਨੂੰ ਛੂਹ ਨਾ ਸਕੇ। ਇਸ ਕਰਕੇ ਦੇਖੋ ਉਸ ਸਮੇਂ ਦੀ ਹੈ ਨਾ, ਇੱਕ ਸ਼ੇਰ ਨੇ ਰਾਖੀ ਰੱਖਣੀ ਬਹੁਤ ਵੱਡੀ ਜਿਹੜੀ ਮੰਨੀ ਜਾਂਦੀ ਹੈ ਗੱਲਬਾਤ, ਉਹ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ। ਉਹ ਗੁਰਦੁਆਰਾ ਸਾਹਿਬ ਬੈਕ ਸਾਈਡ 'ਤੇ ਹੈ। ਹਾਲਾਂਕਿ ਬਹੁਤ ਸਾਰੀ ਸੰਗਤ ਜਿਹੜੀ ਇਸ ਜਗ੍ਹਾ ਦੇ ਉੱਤੇ ਆਉਂਦੀ ਹੈ ਅਤੇ ਦਰਸ਼ਨ ਕਰਦੀ ਹੈ, ਪਰ ਉਹਨਾਂ ਨੂੰ ਇੱਥੇ ਕਿੰਨੇ ਸਥਾਨ ਦੇਖਣ ਵਾਲੇ ਨੇ, ਦਰਸ਼ਨ ਕਰਨ ਵਾਲੇ ਨੇ, ਉਹਨਾਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਤਾਂ ਅਸੀਂ ਦੱਸ ਦਈਏ ਕਿ ਇਸ ਚੈਨਲ ਦੇ ਉੱਤੇ, ਇਸ ਪੇਜ ਦੇ ਉੱਤੇ ਅਸੀਂ ਸਾਰੀਆਂ ਵੀਡੀਓਜ਼ ਪਾਈਆਂ ਨੇ, ਹਰ ਇੱਕ ਮਤਲਬ ਕਿ ਜੋ ਗੁਰਦੁਆਰਾ ਸਾਹਿਬ, ਜੋ ਦਾਰਸ਼ਨਿਕ ਹੈ, ਜੋ ਇਤਿਹਾਸ ਨਾਲ ਜੁੜਿਆ ਹੋਇਆ ਹੈ, ਤੁਸੀਂ ਉਹਨਾਂ ਨੂੰ ਦੇਖ ਕੇ ਜਿਹੜਾ ਇੱਥੇ ਆ ਕੇ ਦਰਸ਼ਨ ਕਰ ਸਕਦੇ ਹੋ ਵੱਖੋ ਵੱਖ ਗੁਰਦੁਆਰਾ ਸਾਹਿਬ ਦੀ। ਉਦੋਂ ਪਿੱਛੇ ਜਿਹੜਾ ਜੋਤੀ ਸਰੂਪ ਗੁਰਦੁਆਰਾ ਸਾਹਿਬ ਹੈ, ਉਹਦੇ ਵੀ ਦਰਸ਼ਨ ਜ਼ਰੂਰ ਕਰਨੇ, ਜਿੱਥੇ ਦੁਨੀਆ ਦੀ ਸਭ ਤੋਂ ਮਹਿੰਗੀ ਜਿਹੜਾ ਸਥਾਨ ਸੀ ਉਹ ਖਰੀਦਿਆ ਗਿਆ ਸੀ। ਆ ਜਾਓ ਜੀ, ਹੁਣ ਆਪਾਂ ਚੱਲੇ ਹਾਂ ਜੀ ਠੰਡੇ ਬੁਰਜ ਵਾਲੇ ਪਾਸੇ ਨੂੰ, ਜਿੱਥੇ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਉਹ ਰਾਤਾਂ, ਉਹ ਜਿਹੜੀਆਂ ਪੋਹ ਦੀਆਂ ਰਾਤਾਂ, ਠੰਡੀਆਂ ਠਾਰ ਰਾਤਾਂ ਜਿਹੜੀਆਂ ਕੱਟੀਆਂ ਸੀ, ਕਿਉਂਕਿ ਕਿਹਾ ਜਾਂਦਾ ਹੈ ਇਤਿਹਾਸ ਦੇ ਵਿੱਚ ਕਿ ਜਿਹੜਾ ਠੰਡਾ ਬੁਰਜ ਹੈ, ਹੁਣ ਤਾਂ ਉਹਦੀ ਦਿੱਖ ਕਾਫੀ ਚੇਂਜ ਕਰ ਦਿੱਤੀ ਗਈ ਹੈ, ਠੰਡੇ ਉਹ ਸਾਈਡ ਸਾਹਮਣੇ ਠੰਡਾ ਬੁਰਜ ਦਿਸ ਰਿਹਾ, ਇਸ ਸਾਈਡ ਜਿਹੜਾ ਲੰਗਰ ਦਿਸ ਰਿਹਾ। ਤਾਂ ਠੰਡੇ ਬੁਰਜ ਦੇ ਥੱਲੋਂ ਦੀ ਇੱਕ ਨਦੀ ਟੱਪਦੀ ਸੀ, ਨਦੀ ਦਾ ਠੰਡਾ ਪਾਣੀ ਸੀਗਾ ਅਤੇ ਹਵਾ ਉਸ ਠੰਡੇ ਪਾਣੀ ਦੇ ਨਾਲ ਟਕਰਾ ਕੇ ਗਰਮੀਆਂ ਦੇ ਵਿੱਚ ਵੀ ਸਰਦੀ ਦਾ ਅਹਿਸਾਸ ਕਰਾਉਂਦੀ ਸੀ। ਤਾਂ ਦੋਸਤੋ ਸਰਦੀ ਦੇ ਵਿੱਚ ਕਿੰਨੀ ਕੁ ਠੰਡ ਹੋਣੀ, ਇਹਦਾ ਅੰਦਾਜ਼ਾ ਵੀ ਲਾਉਣਾ ਮੁਸ਼ਕਲ ਹੈ, ਕਿਉਂਕਿ ਇੰਨੀ ਜ਼ਿਆਦਾ ਠੰਡ ਹੁੰਦੀ ਸੀ। ਤਾਂ ਦੋਸਤੋ ਇਹ ਹੈ ਜੀ ਠੰਡਾ ਬੁਰਜ, ਦਰਸ਼ਨ ਕਰੋ ਉਸ ਸਥਾਨ ਦੇ। ਹਾਲਾਂਕਿ ਬਹੁਤ ਚੇਂਜ ਕਰ ਦਿੱਤਾ ਗਿਆ ਜਿਹੜਾ ਠੰਡਾ ਬੁਰਜ ਹੈ, ਅਤੇ ਮੈਨੂੰ ਲੱਗਦਾ ਵੀ ਜੋ ਇਤਿਹਾਸਕ ਪੁਰਾਤਨ ਚੀਜ਼ਾਂ ਜੇ ਉਵੇਂ ਦੀਆਂ ਉਵੇਂ ਰਹਿੰਦੀਆਂ ਤਾਂ ਜ਼ਿਆਦਾ ਵਧੀਆ ਗੱਲ ਸੀ, ਪਰ ਜੋ ਸਿੱਖੀ ਦੇ ਜਿਹੜੇ ਇਤਿਹਾਸ ਨੂੰ ਸਾਂਭਣ ਵਾਲੇ ਨੇ ਜਾਂ ਇਹਨਾਂ ਇਮਾਰਤਾਂ ਦੀ ਦੇਖ ਰੇਖ ਕਰਨ ਵਾਲੇ ਨੇ, ਬਾਕੀ ਉਹਨਾਂ ਨੂੰ ਆਪਣੇ ਤੋਂ ਜ਼ਿਆਦਾ ਪਤਾ ਹੈ, ਹੋ ਸਕਦਾ ਉਹਨਾਂ ਦਾ ਕੋਈ ਹੋਰ ਜਿਹੜਾ ਮੋਟਿਵ ਰਿਹਾ ਹੋਵੇ। ਤਾਂ ਦੋਸਤੋ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰ